ਦੱਸਾਂਗੇ ਫਿਰੋਜ਼ਪੁਰ ਦਾ ਫਿਰੋਜ਼ਪੁਰ ਦੇ ਪਿੰਡ ਖੁੰਡਰ 'ਚ ਹੋਈ ਅੰਨੇਵਾਹ ਫਾਇਰਿੰਗ ਫਾਇਰਿੰਗ 'ਚ ਦੋ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਫਾਇਰਿੰਗ 'ਚ ਇੱਕ 10 ਸਾਲਾ ਬੱਚੇ ਨੂੰ ਵੀ ਗੋਲੀ ਲੱਗ ਗਈ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਫਾਇਰਿੰਗ ਹੋਈ ਸੋ ਪੰਚਾਇਤੀ ਚੋਣਾਂ ਦੇ ਨਾਂ 'ਤੇ ਰੰਜਿਸ਼ ਜਿਹੜੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ